ਜਦੋਂ ਨੈਣ ਨਾਨਾ ਵੱਲੋਂ ਵੇਖ ਲੈਂਦੇ ਲੈਂਦੇ ਰਾਜੋ ਦਰਦ ਦਾ ਵਾਸਤਾ ਜੀ ਤਾਂ ਦੇ ਜਹਾਨ ਦੇ ਲੋਕ ਸਾਰੇ ਪਾਣੀ ਲਾਜੋ ਦਰਦ ਦਾ ਵਾਸਤਾ ਜੀ ਅਬਦੁਲ ਸਾਰ ਕਹਿੰਦਾ ਮੁਦਤ ਪਿੱਛੋ ਯਾਰ ਮੇਰਿਆ ਹੋਇਆ ਹਾਜੋ ਦਰਦ ਦਾ ਵਾਸਤਾ ਜੀ ਜਿਹੜਾ ਆਇਆ ਹੋਇਆ ਨਹੀਂ ਜਾਂਦਾ ਮੈਂ ਤਾਂ ਨਹੀਂ ਆਉਂਦਾ ਉੱਥੋਂ ਅੱਛਾ ਜੀ ਮੈਂ ਤਾਂ ਉੱਥੇ ਰਹਿੰਦਾ ਇੱਥੇ ਤੇ ਬਸ ਮੈਂ ਘੜੀ ਦਵਾਈ ਦਾ ਉੱਥੇ ਉਹ ਪਤਾ ਨਹੀਂ ਕੀ ਗੱਲ ਹੈ ਇਹੋ ਜਿਹੀ ਗੱਲ ਹੈ ਮਾਈ ਜਦੋਂ ਭੁੱਲਦਾ ਨਹੀਂ ਸ਼ੀਸ਼ੇ ਲੈ ਲੈ ਕੇ ਉਹ ਤੁਹਾਨੂੰ ਸਾਡੇ ਘਰ ਆਉਂਦੀਆਂ ਨੇ ਫੋਟੋਆਂ ਸਾਡੀਆਂ ਕੁੜੀਆਂ ਨੂੰ ਉਹਨਾਂ ਦੀਆਂ ਕੁੜੀਆਂ ਭੇਜਦੀਆਂ ਨੇ ਹੁਣ ਤਾਂ ਇਹਨੂੰ ਹੀ ਆਉਂਦੇ ਨੇ ਮੈਂ ਤਾਂ ਸੁਣ ਨਹੀਂ ਸਕਦਾ ਹਰ ਸ਼ਾਹ ਨਾਲ ਸਾਨੂੰ ਸ਼ੀਸ਼ੇ ਨਾਲ ਵਿਖਾਈ ਹੈ ਭੈਣ ਜੀ ਇੰਨਾ ਸਾਡੇ ਨਾਲ ਪਿਆਰ ਕਰਦੇ ਨੇ ਜਿਹੜੀ ਸ਼ਾਹ ਪੁੱਛੀਏ ਉਹਨਾਂ ਫੋਟੋ ਕਰਨੀ ਹੈ ਉੱਥੇ ਇੱਕ ਸਫਸਰ ਆ ਗਿਆ ਉਹ ਜਿਹੜਾ ਬੰਦਾ ਆਉਂਦਾ ਨਾ ਮੈਥੋਂ ਚਾਰ ਪੰਜ ਛੋਟਾ ਮੇਰਾ ਜਿਹੜਾ ਭਰਾ ਬਣਿਆ ਜਿਹੜਾ ਹੈ ਤਾਂ ਸਾਡੇ ਵਿੱਚੋਂ ਹੀ ਉਹ ਆਉਂਦਾ ਭਈ ਸਾਨੂੰ ਇਹ ਨਹੀਂ ਪਤਾ ਲੱਗਦਾ ਐਡਾ ਵੱਡਾ ਪੈਂਦੇ ਸਰਦਾਰਾਂ ਦੇ ਘਰ ਕਿਹੜੇ ਹਨ ਕਹਿੰਦੇ ਹੁਣ ਉਹਨੇ ਸਾਡਾ ਬੰਦਾ ਕਿ ਹਿੰਦੁਸਤਾਨ 'ਚ ਉਹ ਦੱਸੇਗਾ ਉਹਨੇ ਹੈ ਉਹਨਾਂ ਸਾਹ ਉਹਨੇ ਮੈਨੂੰ ਫੋਨ ਕੀਤਾ ਹੋਵੇ ਨਾ ਮੈਂ ਕੀ ਗੱਲ ਕਹਿੰਦੇ ਆਹ ਗੱਲ ਹੈ ਮੈਂ ਕਲੋ ਮਜਾਲ ਦੀ ਫੋਟੋ ਅੱਛਾ ਜੀ ਉਹਨਾਂ ਮਜਾਲ ਦੀ ਫੋਟੋ ਬਣ ਦਿੱਤੀ ਉਹਦੇ ਵਿੱਚ ਮੈਂ ਹੋ ਗਿਆ ਮੈਨੂੰ ਉਹਨਾਂ ਨੇ ਪਤਾ ਹੋਣਾ ਸੀ ਕਿੱਥੇ ਖਲੋਤੇ ਆ ਉਹਨੇ ਕਿਹਾ ਮਾਰੀ ਮੈਂ ਸਾਡੇ ਘਰ ਦੇ ਬੂਹੇ ਗਏ ਵਾਹ ਜੀ ਵਾਹ ਅੱਛਾ ਜੀ ਅਫਸਰ ਉਹਨਾਂ ਨਾਲ ਮਨ ਛੱਡਿਆ ਤੈਨੂੰ ਤੈਨੂੰ ਕਿਹਦਾ ਪਤਾ ਲੱਗ ਗਿਆ ਅਤੇ ਮੈਂ ਹੋਰ ਤੁਸੀਂ ਕੀ ਮੈਨੂੰ ਪੁੱਛਣਾ ਅਸੀਂ ਆਹ ਘਰ ਕੇ ਜਾ ਮੈਂ ਕਿਰਪਾ ਸਿੰਘ ਨੰਬਰ ਦਾ ਅਗਲਾ ਮੈਂ ਝੰਡਾ ਸਿੰਘ ਮੈਂ ਗਲੀਏ ਪੈ ਜਾਓ ਸਾਰੇ ਪਿੰਡ ਜਿਹੜੀ ਗਲੀਆਂ ਹੀ ਗਏ ਨਾ ਜਿਹੜੇ ਘਰ ਆਉਂਦੇ ਉਹਨਾਂ ਨੂੰ ਦੱਸੀ ਜਾ ਅਫਸਰ ਕਹਿੰਦਾ ਤੂੰ ਇੱਥੇ ਨਹੀਂ ਮੈਂ ਤੈਨੂੰ ਜੱਫੇ 'ਚ ਲੈਣਾ ਨਹੀਂ ਫੇਰ ਇੰਨਾ ਐਡਾ ਵੱਡਾ ਪਿੰਡ ਮੈਂ ਕਿਸੇ ਬੰਦੇ ਦਾ ਨਾਂ ਲਓ ਇਹ ਬੰਦਾ ਪਿਓ ਫਲਾਉਣਾ ਸੀ ਨਸ਼ਾ ਅਕਾਊਂਟ ਸੀ ਉਹ ਅਗਲੇ ਪੋਜ ਨੂੰ ਮੈਂ ਨਹੀਂ ਜਾਣਦਾ ਗਲੀਆਂ ਨਹੀਂ ਭੁੱਲਦੀਆਂ 20 ਸਾਲ ਦੀ ਉਮਰ 'ਚ ਸਭ ਠੀਕ ਦਾ ਯਾਰ ਵੀ ਹੁੰਦੇ ਨੇ ਇਸ ਕਰਕੇ ਬਹੁਤਾ ਹੀ ਮੋਏ ਪਿੰਡ 'ਚ ਸਾਡੇ ਪਿੰਡ ਨੂੰ ਅੱਠ ਪਏ ਇਹੋ ਪਿੰਡ ਦਾ ਵਾਧਾ ਉਹ ਜ਼ਿਲ੍ਹੇ ਸਿਆੜਪੁਰ 'ਚ ਓਡਾ ਵੱਡਾ ਪਿੰਡ ਕੋਈ ਨਹੀਂ ਅੱਠ ਪਾਏ ਕਿਸੇ ਪਿੰਡ ਨੂੰ ਨਹੀਂ ਜਾਂਦੇ ਪੂਰੇ 12 ਨਾਗਰਾਂ ਦੇ ਪਿੰਡ ਕੱਠੇ ਅੱਛਾ ਦੱਸ ਦਿਓ ਕਿਹੜੇ ਕਿਹੜੇ ਪਿੰਡ ਸਨ 12 ਉਹਦਾ ਪਿੰਡ ਗੰਜਿਆਂ ਵਾਲੀ ਮੁਗਤਾ ਸਰਾਂਗੀਆਂ ਪਰੋਜ ਕੇ ਸੁਹਾਵੀਆਂ ਗੋਲਾ ਕਾਲੇ ਕੇ ਆਦਿ ਨੇ ਕਾਲੇ ਕੇ ਨਾਗਰਾ ਹਾਂ ਹਾਂ ਪੜੋਪੀਆਂ ਪਰੋਜ ਕੇ ਪਨੋਰੀਆਂ ਹਾਂ ਗੱਲਾਂ ਦਾ ਚੱਕ ਰਾਣਾ ਮੱਲਾ ਬਸ 12 ਪਿੰਡ ਸਤਿ ਸ਼੍ਰੀ ਅਕਾਲ ਸਲਾਮ ਅਲੈਕਮ ਜੀ ਅੱਜ ਮੈਂ ਪਹੁੰਚਿਆ ਜੀ ਇੱਕ ਵਾਰੀ ਫਿਰ ਪਿੰਡ ਬਹਿਬੋਵਾਲ ਛੰਨੀਆ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਵੰਡ 1947 ਵਿੱਚ ਇੱਥੇ ਆ ਵਸੇ ਸਨ ਪਿੰਡ ਜਦਾਲਾ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਦੇ ਜੱਟ ਉਹਨਾਂ ਵਿੱਚੋਂ ਇਹ ਬਜ਼ੁਰਗ ਜਿਨ੍ਹਾਂ ਦਾ ਨਾਂ ਹੈ ਸਰਦਾਰਾ ਸਿੰਘ ਅਤੇ ਜਦੋਂ ਵੀ ਇਹਨਾਂ ਨਾਲ ਮੈਂ ਜਦਾਲੇ ਦੀ ਗੱਲ ਛੇੜਦਾ ਹਾਂ ਆਪਣੀ ਪਹਿਚਾਣ ਦੱਸਦਾ ਹਾਂ ਕਿ ਮੈਂ ਜਦਾਲੇ ਦੀਆਂ ਗੱਲਾਂ ਕਰਨ ਆਇਆ ਹਾਂ ਅਤੇ ਬਾਬਾ ਜੀ ਬੜੇ ਭਾਵੁਕ ਹੋ ਜਾਂਦੇ ਹਨ ਅਤੇ ਆਖਦੇ ਹਨ ਕਿ ਮੈਂ ਦਿਨ ਰਾਤ ਜਦਾਲੇ ਘੁੰਮਦਾ ਰਹਿੰਦਾ ਅੱਜ ਵੀ ਮੈਂ ਉਹਨਾਂ ਗਲੀਆਂ 'ਚ ਜਾਂਦਾ ਸਾਰਾ ਦਿਨ ਗਲੀਆਂ 'ਚ ਰਹਿੰਦਾ ਹਾਂ ਦਿਨੇ ਰਾਤ ਬਸ ਮੇਰੇ ਪਿੰਡ ਮੇਰੇ ਪਿਆਰੇ ਵਤਨ ਦੇ ਸੁਪਨੇ ਹੀ ਆਉਂਦੇ ਰਹਿੰਦੇ ਹਨ ਅਤੇ ਆਓ ਅੱਜ ਵੀ ਕੁਛ ਇਹਨਾਂ ਕੋਲ ਸ਼ੇਅਰ ਬਹੁਤ ਆਉਂਦੇ ਹਨ ਥੋੜ੍ਹੇ ਬਹੁਤੇ ਭਾਵੇਂ ਗੁੱਚਾ ਸੁਣਦੇ ਹਨ ਸ਼ੇਅਰ ਵੀ 2-3 ਸੁਣਦੇ ਹਾਂ ਅਤੇ ਜਦਾਲੇ ਬਾਰੇ ਗੱਲ ਕਰਦੇ ਹਾਂ ਕਿੰਨੀ ਘੱਟ ਲੱਗ ਗਈ 100 ਚੋਂ ਅੱਛਾ ਕਦੋਂ ਜਨਮ ਹੋਇਆ ਤੁਹਾਡਾ ਜਨਮ ਕਦੋਂ ਹੋਇਆ ਕਿਹੜੀ ਸੰਨ 'ਚ ਹੋਇਆ ਜਨਮ ਤੁਹਾਡਾ 1927 ਕਿਹੜੇ ਸਾਲ ਜਨਮ ਹੋਇਆ ਮੇਰਾ ਆਹੋ 27 'ਚ 27 'ਚ 27-19 ਕੱਤਕ ਦੇ ਮਹੀਨੇ 1927 ਦਾ ਠੀਕ ਹੈ ਕੱਤੇ ਦੀ ਪੁੰਨਿਆ ਦਾ ਹੋਇਆ ਜਨਮ ਅੱਛਾ ਕੱਤਕ ਦੀ ਪੁੰਨਿਆ 'ਚ ਠੀਕ ਹੈ 8 ਮਹੀਨਾ ਚੱਲਦਾ 27 ਤੇ ਅੱਜ ਪੂਰੇ ਹੋ ਗਏ ਨੇ ਤੁਹਾਡੇ
किन्ने साल हो गई, किन्ने साल उम्र होगी? 23, 50, 73, 73 ते 23 छियानवे साल, दो ढाई साल घटना है। हाँ, छियानवे साल उम्र हो गई है। पिंड चढ़ाला तो जिला सियालकोट। अच्छा हूँ सानू अज शेर सुना दो कोई, फिर शेर सुना दो कोई। हांजी, हीर दा नहीं, दूजा होर सुनाओ कोई। होर सुनाओ, हीर दा सुनिया सारिया ने, वखरा सुनाओ कोई वखरा जिया। बच्चा सुन समाध लगा ली, धर्मराज की जलो आवाज पवे दिल होर दा नाम बदला दवी, मेनु उसने मारी आवाज। होर कोई, कोई होर सुनाओ, होर सुना दी। आहो जरा सुनाया ही मोटर ते, वो सुनाओ। हाँ, पता नहीं केड़ा काम दा केड़ा होना है। आहो मोटर ते सुनाया ही, मोटर ते वधिया नहीं दसदी जो गया झूठ बोले। हाँ, कौन विछड़े यार मलाम दाई, मर गए विछड़े कौन मिले, एवं जीवड़ा लोग उलाउंदा ही, ऐसा कोई नहीं दिठा मैं ढूंढ सकी, जरा ज्ञान मोल लिया मेरी जम दियाँ जुतियाँ करे कोई, जरा दिल दा रोग गाउंदा ही। वाह जी वाह, एक खां तो बाज ने कौन खोई, भला वेखा चुप है आगे कर लाउंदा ही, एक जड़ दे खेत नूं अग लगी, वेखा आन के कदों भजाउंदा ही, हीर पैंदी है कदों भजाउंदा, मैं कद बने ना ते देवा चूरिया घ्यो दे बाल दी वे, वारे शाह जे सुना मैं आउंदा ही ते, ओह नहीं तू जांदे हमें पलंग नूं ला देना यार, ओहदे नाल टेबल ला देना, अगर ते रांझा बूहे खलोता सी ना वेड़ी बह गया, ते है ते रांझा सी भाई संगे सुटी, कहना जोगी संगली सुट के सुखन बोले, कुदा ये नजूमदा पिया है नहीं जिन्हों लभदी है, दिन रात फिरदा सी विच बेलियां दे, मझी किसी दी चादर रहा है नहीं, एक बांसी छेक छ साथी उहनू फूक मारिया बोलदा पिया है नहीं, उहदी हुण कित्थे वे, उहनां ते वसे खेड़ियां लोले चंगी, बाला नाथ दे राह पै गया है नहीं, बाला नाथ दे जाके उहने पैर पकड़े, चेला उसका भी पै गया है नहीं, तो बाला नाथ दे उहने कन्न पाड़े, उहदा मूंह करदा वी कितें पछाण लवे, वह फिर नहीं पछाता, बाला नाथ ने उसके कन्न पाड़े, तो जोड़ा मुंदरा ना पा लिया है नहीं, तो रोड मोड़ होया सत्या पै रहा, रोड मोड़ होया सोहा मरी मूँह से, चेला नाथ का मुन लिया नहीं, वो फिर छाता, उन्हें जो लगी थापी ना कोई रहा बाकी, कमर हवा उसका गया नहीं, बाला नाथ को रेड़िया हो तुरिया, तेरा रंगपुर से पै गया नहीं, वह नहीं हूँ कितने गए, उन्हें जू रंगपुर आन बैठा, बैठा आप ही सी जू रंगपुर आन बैठा, अजे लांके गां ना गया नहीं, तो घोंदियां नहीं करे सजाखियां नूं, लम्मे घोंदो नहीं लड़े मारिए नहीं, तो बादशाह कहिंदा तेरे कोल बैठा गुड़ चो खवाने ना वारिए नहीं, रांझा मिलाता। वाह जी वाह जी वाह जी वाह, बहुत शेर आउंदे ने, बहुत कहानियां आउंदियां ने, है कोई। आहो
ਉਹ ਸੁਣਾਇਆ ਸੀ ਆਸ਼ਕ ਮਜਾਜੀ ਵਾਲਾ ਉਹ ਸੁਣਾਓ ਆਸ਼ਕ ਮਜਾਜੀ ਵਾਲਾ ਸ਼ੇਰ ਪੰਜਾਬੀ ਆ ਆਸ਼ਕ ਮਜਾਜੀ ਵਾਲਾ ਸੁਣਾਇਆ ਸੀ ਆਸ਼ਕ ਮਜਾਜੀ ਵਾਲਾ ਆਸ਼ਕ ਮਜਾਜੀ ਹਾਂ बड़े बड़े अच्छा छोटे छोटे होंगे है ना हाँ जी लग जाता अच्छा जी पैदा गाजू लगता लास्ट आई हाँ जो नैन नाना वालों वेख लेंदे लेंदे राजू लगता लास्ट आई धाने दे जहान दे लोग सारे पाली लाजू लगता लास्ट आई अब्दुल सार कहता मुदत पिछो यार मेरा होया हाजो दर्द वास्त आई वाह जी वाह बहुत खूब फिर जदाला पिंड चेते आंदा अज भी हां जदाला पिंड अज भी आंदा चेते पिंड जदाले आया नहीं आंदा मैं तो नहीं आंदा उठो अच्छा जी मैं तो उठे रहना ही खेते बस हमने घड़ी रोई जा उठे वो पता नहीं की गल है एहो जी गल है मैं जदों भुलदा नहीं पिंड नहीं भुलिया ना ओ जिन्हें जेड़े तो साढ़े मिलाए ने जिनू ਹੀਹੇ ਲੈ ਲੈ ਕੇ ਉਹ ਤੁਹਾਨੂੰ ਸਾਡੇ ਘਰ ਆਉਂਦੀਆਂ ਨੇ ਫੋਟੋਆਂ ਸਾਡੀਆਂ ਕੁੜੀਆਂ ਨੂੰ ਉਹਨਾਂ ਦੀਆਂ ਕੁੜੀਆਂ ਭੇਜਦੀਆਂ ਨੇ ਹੁਣ ਤਾਂ ਇਹਨੂੰ ਹੀ ਆਉਂਦੇ ਨੇ ਮੈਂ ਤਾਂ ਸੁਣ ਨਹੀਂ ਸਕਦਾ ਹਰ ਸ਼ਾਹ ਨਾਲ ਸਾਨੂੰ ਸ਼ੀਸ਼ੇ ਨਾਲ ਵਿਖਾਈ ਹੈ ਭੈਣ ਜੀ ਇੰਨਾ ਉਹ ਸਾਡੇ ਨਾਲ ਪਿਆਰ ਕਰਦੇ ਨੇ ਤੂੰ ਤਾਂ ਸਾਨੂੰ ਜਦਾਲੇ ਬਣਾਤਾ ਹੈ ਜਿਹੜੀ ਸ਼ਾਹ ਪੁੱਛੀਏ ਉਹਨਾਂ ਫੋਟੋ ਕਰਨੀ ਹੈ ਉੱਥੇ ਇੱਕ ਸਫਸਰ ਆ ਗਿਆ ਉਹ ਜਿਹੜਾ ਬੰਦਾ ਆਉਂਦਾ ਨਾ ਮੈਥੋਂ ਚਾਰ ਪੰਜ ਛੋਟਾ ਮੇਰਾ ਜਿਹੜਾ ਭਰਾ ਬਣਿਆ ਐਦਮ ਸਾਰੇ ਵਿੱਚੋਂ ਹੀ ਉਹ ਆਉਂਦਾ ਭਈ ਸਾਨੂੰ ਇਹ ਨਹੀਂ ਪਤਾ ਲੱਗਦਾ ਏਡਾ ਵੱਡਾ ਪੈਂਦੇ ਸਰਦਾਰਾਂ ਦੇ ਘਰ ਕਿਹੜੇ ਹਨ ਅੱਛਾ ਉਹਦਾ ਪਤਾ ਸਾਨੂੰ ਵੀ ਨਹੀਂ ਹੁਣ ਏਡਾ ਵੱਡਾ ਪੈਂਦਾ ਸਾਨੂੰ ਕੀ ਪਤਾ ਕਰਕੇ ਦਾ ਹੁਣ ਮੁਸਲਮਾਨ ਸਾਰੇ ਹੀ ਨੇ ਇੱਥੇ ਹੀ ਬੈਠੇ ਨੇ ਕਹਿੰਦੇ ਹੁਣ ਉਹਨੇ ਸਾਡਾ ਬੰਦਾ ਕਿ ਹਿੰਦੁਸਤਾਨ 'ਚ ਉਹ ਦੱਸੇਗਾ ਉਹਨੇ ਹੈ ਉਹਨਾਂ ਸਾਹ ਉਹਨੇ ਮੈਨੂੰ ਫੋਨ ਕੀਤਾ ਹੋਵੇ ਨਾ ਮੈਂ ਕੀ ਗੱਲ ਉਹਨੇ ਆਹ ਗੱਲ ਹੈ ਮੈਂ ਕਦੋਂ ਮਜਾਲ ਦੀ ਫੋਟੋ ਅੱਛਾ ਜੀ ਉਹਨਾਂ ਮਜਾਲ ਦੀ ਫੋਟੋ ਬਣ ਦਿੱਤੀ ਉਹਦੇ ਵਿੱਚ ਮੈਂ ਹੋ ਗਿਆ ਮੈਨੂੰ ਉਹਨੇ ਭਲਾ ਹੋਣਾ ਹੀ ਕਿੱਥੇ ਖਲੋਤੇ ਆ ਮੈਨੇ ਕਿਹਾ ਮਾਰੀ ਮੈਂ ਸਾਡੇ ਘਰ ਦੇ ਬੂਹੇ ਗਏ ਵਾਹ ਜੀ ਵਾਹ ਅੱਛਾ ਜੀ ਅਫਸਰ ਉਹਨਾਂ ਨਾ ਮੰਨ ਛੱਡਿਆ ਤੈਨੂੰ ਤੈਨੂੰ ਕਿਹਦਾ ਪਤਾ ਲੱਗ ਗਿਆ ਅਤੇ ਮੈਂ ਹੋਰ ਤੁਹਾਂ ਕੀ ਮੈਨੂੰ ਪੁੱਛਣਾ ਅਸੀਂ ਆਹ ਕਰਕੇ ਜਾ ਮੈਂ ਕਿਰਪਾ ਸਿੰਘ ਨੰਬਰ ਦਾ ਅਗਲਾ ਮੈਂ ਝੰਡਾ ਸਿੰਘਾ ਮੈਂ ਗਲੀਏ ਪੈ ਜਾਓ ਘਰ ਮੈਂ ਤਾਂ ਆਪੇ ਦੱਸੇ ਜਾਵਾਂਗਾ ਉਹ ਫਿਰ ਗਲੀਏ ਭਰਾ ਜੀ ਪੈ ਗਏ ਸਾਰੇ ਪਿੰਡ ਜਿਹੜੀ ਗਲੀਆਂ ਹੀ ਗਏ ਨਾ ਜਿਹੜੇ ਘਰ ਆਉਂਦੇ ਉਹਨਾਂ ਨੂੰ ਦੱਸੇ ਜਾ ਅਫਸਰ ਕਹਿੰਦਾ ਤੂੰ ਇੱਥੇ ਨਹੀਂ ਮੈਂ ਤੈਨੂੰ ਜੱਫੇ 'ਚ ਲੈ ਲਾਂ ਨਹੀਂ ਸ਼ੇਰ ਇੰਨਾ ਐਡਾ ਵੱਡਾ ਪਿੰਡ ਮੈਂ ਕਿਸੇ ਬੰਦੇ ਦਾ ਨਾਂ ਲਓ ਇਹ ਬੰਦਾ ਪਿਓ ਫਲਾਣਾ ਸੀ ਨਸ਼ਾ ਅਕਾਊਂਟ ਸੀ ਉਹਨੇ ਅਗਲੇ ਪੋਜ ਨੂੰ ਮੈਂ ਨਹੀਂ ਜਾਣਦਾ ਉਹਨਾਂ ਗਲੀਆਂ ਚੋਂ ਅਜੇ ਨਿਕਲੇ ਨਹੀਂ ਉਹਨਾਂ ਗਲੀਆਂ ਚੋਂ ਅਜੇ ਨਿਕਲੇ ਨਹੀਂ ਤੁਸੀਂ ਉਹਨਾਂ ਗਲੀਆਂ 'ਚ ਘੁੰਮਦੇ ਹੋ ਗਲੀਆਂ ਨਹੀਂ ਭੁੱਲਦੀਆਂ 20 ਸਾਲ ਦੀ ਉਮਰ 'ਚ ਸਭ ਕੀ ਕਹਿੰਦਾ ਯਾਰ ਵੀ ਹੁੰਦੇ ਨੇ ਇਸ ਕਰਕੇ ਬਹੁਤਾ ਹੀ ਮੋਏ ਪਿੰਡ 'ਚ ਹੁਣ ਤੇ ਉਹਨਾਂ ਆਪਣਾ ਜੋ ਕੁਝ ਇਹਨਾਂ ਕਰਦੇ ਨੇ ਇਹਨੂੰ ਰਿਸ਼ਤੇਦਾਰਾਂ ਨਾਲ ਉਹਨਾਂ ਮਿਲਾਇਆ ਵਾਹ ਜੀ ਵਾਹ ਇਹਦੀ ਬਾਣੀ ਸੁਣ ਕੇ ਸਭ ਕੁਝ ਕੀਤਾ ਉਹਨਾਂ ਸਾਨੂੰ ਕੰਨ ਹੋ ਗਏ ਨੇ ਉਹ ਪਤਾ ਲੱਗਾ ਉਹ ਤੁਹਾਡੇ ਪਿੰਡ ਵਾਲੇ ਇੱਥੇ ਆ ਰਹੇ ਨੇ ਪਾਕਿਸਤਾਨ ਵਾਲੇ ਪਤਾ ਲੱਗਾ ਤੁਹਾਡੇ ਪਿੰਡ ਵਾਲੇ ਆ ਰਹੇ ਨੇ ਸਿਆਲ ਨੂੰ ਹਾਂ ਆਹੋ ਤੁਹਾਨੂੰ ਮਿਲਣ ਆ ਰਹੇ ਨੇ ਕਿੱਥੇ ਆ ਰਹੇ ਨੇ ਇੱਥੇ ਛੰਨੀਆਂ ਪਿੰਡ 'ਚ ਇਹਨਾਂ ਤੈਨੂੰ ਦੱਸਿਆ ਬਈ ਕਿੰਨੇ ਹੀ ਉਹਦੇ ਆਉਂਦੇ ਆਉਣਾ ਮੈਂ ਆਖਿਆ ਕਹਿੰਦੇ ਕਿੱਥੇ ਉਹ ਕੁੜੀਆਂ ਵੀ ਆਉਂਦੀਆਂ ਸਾਲ ਜੀ ਕਰਦਾ ਜਾਣ ਤੇ ਅੱਛਾ ਜੀ ਕੁੜੀਆਂ ਵੀ ਚਾਹੁੰਦੀਆਂ ਵੀ ਆਉਣਾ ਵਧਾਇਆ ਵਾਹ ਜੀ ਵਾਹ ਤੇ ਕਿੰਨੇ ਪਈਏ ਪਏ ਕਿੰਨੇ ਸਨ ਪਿੰਡ ਦੇ ਪਏ ਕਿੰਨੇ ਸਨ ਪਿੰਡ ਦੇ ਜੁਦਾਲੇ ਦੇ ਮੈਨੂੰ ਪਤਾ ਨਹੀਂ ਅੱਠ ਪਏ ਕਿੰਨੇ ਸਨ ਪਿੰਡ ਦੇ ਕੀ ਪਤਾ ਸੜਕਾਂ ਪਤਾ ਸੜਕਾਂ ਪਿੰਡ ਨੂੰ ਕਿੰਨੀਆਂ ਲੱਗਦੀਆਂ ਸਰ ਪਏ ਕਿੰਨੇ ਸਨ ਸਾਡੇ ਪਿੰਡ ਨੂੰ ਹਾਂ ਅੱਠ ਅੱਠ ਪਏ ਇਹੋ ਪਿੰਡ ਦਾ ਵਾਧਾ ਉਹ ਜਿਹੜੇ ਸਿਆਰ ਕੋਈ ਓਡਾ ਵੱਡਾ ਪਿੰਡ ਕੋਈ ਨਹੀਂ ਅੱਠ ਪਾਏ ਕਿਸੇ ਪਿੰਡ ਨੂੰ ਨਹੀਂ ਜਾਂਦੇ
ਸਾਰੇ ਵੱਡੇ ਵੱਡੇ ਜਾਣ ਹੁਣ ਪਿੰਡ ਕੋਈ ਨਹੀਂ ਦੁਨੀਆ 'ਤੇ ਇੱਕ ਜਦਾਦਾ ਪਿੰਡ ਦਸਾਂ ਚ ਨੇ ਇੱਕ ਜਦਾਦਾ ਜੇ ਘੜ ਛਾੜਾ ਇਹ ਦੋਵੇਂ ਪਿੰਡ ਇਕੱਠੇ ਨੇ ਪੂਰੀ ਦਸਾਂ ਚ ਨੇ ਇਹ ਸਾਰਾ ਪਿੰਡ ਘੁੰਮਣਾ ਦਾ ਸੀ ਸਾਰਾ ਪਿੰਡ ਘੁੰਮਣਾ ਦਾ ਸੀ ਸਾਰਾ ਪਿੰਡ ਇਹ ਸਾਰਾ ਪਿੰਡ ਘੁੰਮਣਾ ਦਾ ਸੀ ਘੁੰਮਣ ਜੱਟਾਂ ਦਾ ਪਿੰਡ ਸੀ ਘੁੰਮਣ ਸਾਰੇ ਸਾਰੇ ਘੁੰਮਣ ਸੋਚੇ ਪਰ ਨਾਲ ਹੀ ਨੰਗਲੇ ਹਨ ਨੰਗਲਿਆਂ ਦੇ ਬਾਰਾਂ ਪਿੰਡ ਸਨ ਉਹ ਕਹਿੰਦੇ ਨੇ ਪੁੱਛਣਾ ਮੈਂ ਬਾਰਾਂ ਗਿਣ ਕੇ ਦੱਸ ਦੇਣਾ ਪੂਰੇ ਬਾਰਾਂ ਨਾਗਰਾਂ ਦੇ ਪਿੰਡ ਕੱਠੇ ਅੱਛਾ ਦੱਸ ਦਿਓ ਕਿਹੜੇ ਕਿਹੜੇ ਪਿੰਡ ਸਨ ਬਾਰਾਂ ਉਹਦੇ ਪਿੰਡ ਗੰਜਿਆਂ ਵਾਲੀ ਮੁਗਤਾ ਸਰਾਂਗੀਆਂ ਪਲੋਜ ਕੇ ਸੁਹਾਵੀਆਂ ਓਲਾ ਕਾਲੇ ਕੇ ਆਦਿ ਨੇ ਕਾਲੇ ਕੇ ਨਗਰਾ ਹਾਂ ਹਾਂ ਪੜੋਪੀਆਂ ਪਰੋਜ ਕੇ ਪਰੋਜ ਕੇ ਪਨੋਰੀਆਂ ਹਾਂ ਜੱਲਾਂ ਦਾ ਚੱਕ ਰਾਣਾ ਮੱਲਾ ਬਸ 12 ਪਿੰਡ 12 ਪਿੰਡ ਸਨ ਨੰਗੜਿਆਂ ਦੇ ਵਾਹ ਜੀ ਵਾਹ ਅੱਜ ਪਤਾ ਲੱਗਿਆ 12 ਪਿੰਡ ਅੱਛਾ ਜੀ ਸਾਨੂੰ ਨਹੀਂ ਆਉਂਦੇ ਮੈਂ ਹੋਰ ਜਿਹਨੇ ਮਾਜ ਪੁੱਛ ਲਓ ਮੈਂ 2-250 ਪਿੰਡ ਤੇ ਤੁਹਾਡਾ ਇਹ ਦੱਸ ਸਕਦਾ ਉਧਰ ਦਾ ਇੰਨੀ ਵਾਕਫੀ ਜੋ ਅੱਛਾ ਹਾਂ ਪਿੰਡਾਂ ਦੀ ਵਾਕਫੀ ਨੂੰ ਬਹੁਤ ਹੈ ਇੱਥੇ ਮੇਰੇ ਕੋਲ ਬੜੀ ਹੈ ਅੱਛਾ ਉੱਥੇ ਦੇ ਕੁਝ ਪਿੰਡ ਉੱਥੇ ਦੇ ਕੁਝ ਪਿੰਡਾਂ ਦੇ ਨਾਂ ਲੈ ਦਿਓ ਉੱਥੇ ਦੇ ਪਿੰਡਾਂ ਦੇ ਨਾਂ ਲੈ ਦਿਓ ਆਲੇ ਦੁਆਲੇ ਘੁੰਮਣਾ ਦੇ ਹੋਰ 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 ਲਓ ਨਾਂ ਘੁੰਮਣਾ ਦੇ ਪਿੰਡ ਘੁੰਮਣਾ ਦਾ ਪਿੰਡ ਸਾਡਾ ਖੇਤ ਤੇ ਹੈ ਅੱਜ ਚਨਾਹ ਚ ਬੇਟ ਸਾਡੇ ਪਿੰਡੋਂ ਤੁਰ ਕੇ ਚਨਾਹ ਦੀ ਬੇਟ ਤੱਕ ਘੁੰਮਣ ਹੀ ਜਾਂਦੇ ਨੇ ਕਿੰਨੇ ਕੁ ਬੰਦਾ ਰਹੇ ਹੈ ਸਿਆਲਕੋਟ ਲੈਂਦੇ 3 ਕਮੀਨ ਉਗੋ ਕੇ ਨੇ ਸਿੱਧੇ ਘੁੰਮਣ ਜਾਂਦੇ ਨੇ ਇਹ ਘੁੰਮਣ ਜਾਣੇ ਨਾ ਇਹ ਲਸ ਚ ਗਏ ਨੇ ਇਹ ਨੰਗ ਦੇ ਇਕੱਠੇ ਹਨ ਪਤਾ ਚੀਮੇ ਨੇ ਡਸ਼ਕਾ ਸਾਈ ਨੇ ਇਹ ਵੱਖ ਉਦੋਂ ਇਹ ਦੂਜੀ ਕੌਮ ਨੇ ਹਰ ਪਿੰਡ 'ਚ ਵਰਦੇ ਨੇ ਬਸ ਇਹ ਕਿਹੜੀ ਕੌਮ ਹੈ ਜਿਹੜਾ ਤੂੰ ਬੰਦੋ ਜਾ ਉਹ ਤਾਂ ਕਹਿੰਦੇ ਕੌਮਾਂ ਆ ਦੋ ਘੁੰਮਣ ਨੇ ਆ ਗੁਰਦਾਸਪੁਰ ਪਟਾਲੇ ਜਦੋਂ ਅੰਗਰੇਜ਼ ਆਏ ਨਾ ਇਹ ਦਾਦੇ ਆਏ ਸਨ ਦੋਵੇਂ ਭਰਾ ਭੱਜ ਕੇ ਉਹ ਇੱਕ ਨੇ ਪਿੰਡ ਆਇਆ ਇੱਕ ਵੱਡਾ ਘੁੰਮਣ ਛੋਟੇ ਘੁੰਮਣ ਇਹ ਇਕੱਲੇ ਦੋ ਪਿੰਡ ਘੁੰਮਣਾ ਦੇ ਨੇ ਘੁੰਮਣਾ ਦੇ ਪਿੰਡਾਂ ਦਾ ਨਾਂ ਲੈ ਦਿਓ ਕਮਾਲਾ ਸੀ ਇੱਕ ਤਾਂ ਘੁੰਮਣਾ ਦੇ ਪਿੰਡ ਕਮਾਲਾ ਕਾਲੂ ਵਾਲੀ ਪੰਜ ਗਨਾਈਆਂ ਡੁਗਰੀ ਕੋਲਾ ਨਵਾਂ ਪਿੰਡ ਹੁਣ ਗਾਂ ਤੁਰ ਜਾਂਦੇ ਨੇ ਅੱਛਾ ਅੱਛਾ ਚਲੋ ਠੀਕ ਹੈ ਬਾਪੂ ਜੀ ਪਿੰਡ ਲਸਕ ਤੋਂ ਵੀ ਚੰਗਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ